ਸਵਾਗਤ ਹੈ ਜੀ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਟਾਲੀਵਾਲ ਕਲਾਸ ਦੇ ਵਿੱਚ ਜਿਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਇੱਕ ਨਵੇਂ ਵਿਸ਼ੇ ਤੇ ਨਵੇਂ ਵਿਸ਼ੇ ਦੀ ਪਾਪਾ ਪਹਿਲਾਂ ਵੀ ਗੱਲ ਕੀਤੀ ਹੋਈ ਹੈ ਕਹਾਣੀਕਾਰਾਂ ਦੇ ਬਾਰੇ ਪ੍ਰਸੰਗ ਦੇ ਵਿੱਚ ਉਹਨਾਂ ਦੇ ਵਿੱਚ ਤੇ ਆਪਣਾ ਇਹ ਸੀਰੀਜ਼ ਹੈਗੀ ਆ ਵੱਖਰੇ ਤੌਰ ਤੇ ਜਿਸ ਦੇ ਵਿੱਚ ਆਪਾਂ ਉਹਨਾਂ ਦੇ ਜੀਵਨ ਵਗੈਰਾ ਦੀ ਨਹੀਂ ਗੱਲ ਕਰਦੀ ਉਹਦੇ ਤੇ ਸਪੈਸ਼ਲ ਵੀਡੀਓ ਪਹਿਲਾਂ ਬਣੀ ਹੋਈ ਹੈ ਉਸ ਤੋਂ ਇਲਾਵਾ ਆਪਾਂ ਸਿਰਫ ਸਿੰਪਲੀ ਗੱਲ ਕਰ ਰਹੇ ਹਾਂ ਕਹਾਣੀਕਾਰਾਂ ਦੇ ਤੌਰ ਤੇ ਉਨ੍ਹਾਂ ਦੀਆਂ ਕਿਹੜੀਆਂ-ਕਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਵਿਸ਼ੇ ਕੀ-ਕੀ ਨੇ ਕਹਾਣੀ ਸੰਗ੍ਰਹਿ ਦੇ ਵਿੱਚ ਕਿੰਨੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਉਹਨਾਂ ਵਿੱਚੋਂ ਕਹਾਣੀਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਹਾਣੀ ਕਿਹੜੀ ਹੈ ਉਸ ਦਾ ਵਿਸ਼ਾ ਕਿਸ ਤਰ੍ਹਾਂ ਦਾ ਜੀ ਉਹਦੇ ਬਾਰੇ ਥੋੜੀ ਜੀ ਵਿਚਾਰ ਚਰਚਾ ਕੀਤੀ ਹੋਈ ਹੈ ਆਪਣੀ ਇਸ ਕਹਾਣੀਆਂ ਦੇ ਕਹਾਣੀਆਂ ਦੇ ਸੰਦਰਭ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਤੇ ਪਹਿਲਾਂ ਵੀ ਆਪਣੀਆਂ ਵੀਡੀਓ ਕੀਤੀਆਂ ਹੋਈਆਂ ਨੇ ਜੀ ਹਰੇਕ ਕਹਾਣੀਕਾਰ ਤੇ ਇੱਕ ਵੀਡੀਓ ਦੇ ਜੀਵਨ ਨਾਲ ਸੰਬੰਧਿਤ ਹੋਰ ਰਚਨਾਵਾਂ ਦੀ ਡिटेल ਦਿੱਤੀ ਹੋਈ ਹੈ ਤੇ ਇੱਕ ਹੈਗੀ ਆ ਵਿਸ਼ੇਸ਼ ਵਿਸ਼ੇਸ਼ ਦਾ ਮਤਲਬ ਕਹਾਣੀਕਾਰ ਦੇ ਤੌਰ ਤੇ ਉਹਨਾਂ ਦੀ ਸਾਹਿਤ ਖੇਤਰ ਵਿੱਚ ਜੋ ਦੇਣ ਹੈ ਉਸ ਨੂੰ ਬੜੀ ਬਰੀਕੀ ਦੇ ਨਾਲ ਕੈਲੋਜੀ ਪੇਸ਼ ਕੀਤਾਗਾ ਬਰੀਕੀ ਦੇ ਨਾਲ ਉਹਦੀਆਂ ਰਚਨਾਵਾਂ ਦੀ ਗੱਲ ਕੀਤੀ ਹੋਈ ਹੈ ਕਿ ਕਿਹੜੀਆਂ-ਕਿਹੜੀਆਂ ਰਚਨਾਵਾਂ ਨੇ ਤੇ ਕਿਹੜੇ-ਕਿਹੜੇ ਪੱਖ ਤੋਂ ਉਹਨਾਂ ਦਾ ਸਾਹਿਤ ਖੇਤਰ ਵਿੱਚ ਇੱਕ ਵਿਲੱਖਣਤਾ ਹੈਗੀ ਆ ਇਹ ਹਾਂਜੀ ਆਪਣਾ ਇਹ ਮਾਸਟਰ ਗ੍ਰੈਜੂਏਟਰ ਦਾ ਕੈਲੋਜੀ ਕਹਾਣੀਕਾਰ ਦੀ ਗੱਲ ਕਰ ਰਹੇ ਹਾਂ ਜਿਸ ਦੀ ਉਹਦਾ ਨਾਮ ਹੈਗਾ ਜੀ ਮੋਣ ਭੰਡਾਰੀ ਉਹ ਭੰਡਾਰੀ ਦਾ ਨਾਮ ਤੁਸੀਂ ਸੁਣਿਆ ਹੀ ਹੋਏਗਾ ਠੀਕ ਹੈ ਜੀ ਉਹ ਕਹਾਣੀਕਾਰਾਂ ਦੇ ਵਿੱਚੋਂ ਇੱਕ ਸਥਾਪਿਤ ਕਹਾਣੀਕਾਰ ਹੈ ਜਦੋਂ ਆਪਾਂ ਉਸ ਦੀ ਗੱਲ ਕਰਦੇ ਹਾਂ ਤਾਂ ਉਸ ਨੇ ਜ਼ਿੰਦਗੀ ਦੀਆਂ ਜਟਲ ਜੋ ਜਟਲਤਾ ਹੁੰਦੀ ਹੈ ਜੀ ਉਲਝਣਾ ਹੁੰਦੀਆਂ ਨੇ ਠੀਕ ਹੈ ਜੀ ਉਹਨਾਂ ਨੂੰ ਆਪਦੀਆਂ ਕਹਾਣੀਆਂ ਦਾ ਵਿਸ਼ਾ ਬਣਾਉਂਦਾਗਾ ਭਾਵੇਂ ਆਪਾਂ ਗੱਲ ਕਰੀਏ ਉਹਦੇ ਇੱਕ ਗਿਣਾ ਗਿਣਤੀ ਦੇ ਪੱਖ ਤੋਂ ਕਹਾਣੀਆਂ ਦੀ ਬੇਸ਼ੱਕ ਥੋੜੀਆਂ ਹੋਣ ਪਰ ਜਿਹੜੇ ਉਹਨਾਂ ਕਹਾਣੀਆਂ ਦੇ ਗੁਣ ਨੇ ਉਹਨਾਂ ਨੂੰ ਆਪਾਂ ਕਿਸੇ ਸੀਮਾ ਦੇ ਵਿੱਚ ਪਾਉ ਗਿਣਤੀ ਦੇ ਵਿੱਚ ਨਹੀਂ ਬਣ ਸਕਦੇ ਵੀ ਜੇ ਉਹਨੇ ਥੋੜੀਆਂ ਕਹਾਣੀਆਂ ਲਿਖੀਆਂ ਤਾਂ ਉਹਨਾਂ ਦੀ ਕੋਈ ਮਹੱਤਤਾ ਨਹੀਂ ਹੈ ਤਾਂ ਉਹ ਕਹਾਣੀਆਂ ਦੀ ਮਹੱਤਤਾ ਹੈਗੀ ਆ ਉਸ ਨੂੰ ਕਈ ਗੁਣਾ ਜ਼ਿਆਦਾ ਹੈ ਤਾਂ ਆਪਾਂ ਗੱਲ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਉਹਨਾਂ ਦੇ ਕੈਲੋਜੀ ਸਮੁੱਚੀਆਂ ਕਹਾਣੀਆਂ ਦੇ ਵਿੱਚ ਕਥਾਵਸਤੂ ਆਪਾਂ ਪੜ ਕੇ ਸਹਿਜ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਲੈਵਲ ਦੀਆਂ ਨੇ ਉਹਨਾਂ ਦੇ ਜੋ ਪੱਤਰ ਦੀ ਗੱਲ ਕਰਦੇ ਆ ਤਾਂ ਉਸ ਪੜ੍ਹ ਕੇ ਇੱਕ ਉੱਚ ਕੋਟੀ ਦੇ ਉੱਚ ਦਰਜੇ ਦੇ ਕਹਾਣੀਕਾਰ ਦੇ ਤੌਰ ਤੇ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਕਿ ਉਹਨਾਂ ਦੇ ਵਿਸ਼ੇ ਨੇ ਤੇ ਉਹਨਾਂ ਦੀ ਵਿਦਾ ਦੀ ਗੱਲ ਕਰਦੇ ਆ ਜੀ ਨਿੱਕੀ ਕਹਾਣੀ ਉਹਨਾਂ ਨੇ ਲਿਖੀ ਆ ਜੀ ਵਾਰਤਕ ਲਿਖੀ ਆ ਕਹਾਣੀਆਂ ਦੇ ਵਿੱਚ ਇੱਕ ਸਥਾਪਿਤ ਕਹਾਣੀਕਾਰ ਆ ਜੀ ਇਹ ਉਹਨਾਂ ਦੀ ਥੋੜੀ ਜਿਹੀ ਜਾਣਕਾਰੀ ਸੀ ਜੋ ਇੱਕ ਕਹਾਣੀਕਾਰ ਦੇ ਤੌਰ ਤੇ ਬੰਦੀ ਆ ਮੋਨ ਭੰਡਾਰੀ ਦੀਆਂ ਜੋ ਕਹਾਣੀ ਸੰਗ੍ਰਹਿ ਨੇ ਜੀ ਕਿਹੜੇ ਕਿਹੜੇ ਨੇ ਉਹਨਾਂ ਦੀ ਗੱਲ ਕਰਦੇ ਆ ਕਿਹੜੇ ਸਨ ਦੇ ਵਿੱਚ ਹੋਇਆ ਤੇ ਉਹਦੇ ਬਾਰੇ ਥੋੜੀ ਬਹੁਤੀ ਜਾਂ ਕੋਈ ਚਰਚਾ ਹੈਗੀ ਹੈ ਕੋਈ ਥੋੜਾ ਬਹੁਤ ਡਾਊਟ ਹੈ ਉਸ ਨੂੰ ਕਲੀਅਰ ਕਰਦੇ ਆ ਤਿਲਚੌਲੀ ਜੀ ਜੋ ਬਹੁਤ ਜ਼ਿਆਦਾ ਪ੍ਰਸਿੱਧ ਹੁੰਦਾ ਤੇ ਸਭ ਤੋਂ ਪਹਿਲਾਂ ਕਹਾਣੀ ਸੰਗ੍ਰਹਿ ਹੈ ਤੇ ਜਿਹਦੇ ਕਰਕੇ ਉਹਦੀ ਕੈਲੋਜੀ ਕਹਾਣੀ ਖੇਤਰ ਦੇ ਵਿੱਚ ਇੱਕ ਨਾਮ ਬਣਦਾ ਮਨੁੱਖ ਦੀ ਪੈੜ 1967 ਦੇ ਵਿੱਚ ਸ਼ਬਦਾ ਜੀ ਤਿਲਚੌਲੀ 1965 ਦੇ ਵਿੱਚ ਸੀਗਾ ਜੀ ਕਾਠ ਦੀ ਹਲਤ 1975 ਦੇ ਵਿੱਚ ਮਹchan 1987 ਦੇ ਵਿੱਚ ਬਰਫ ਲਤਾੜੀ ਰੁਖ ਇਹ ਕੈਲੋਜੀ ਚੌਣਮੀਆਂ ਕਹਾਣੀਆਂ ਦਾ ਸੰਗ੍ਰਹਿ ਆ 1994 ਦੇ ਵਿੱਚ ਸ਼ਬਦਾ ਤੇ ਉਹਨਾਂ ਦਾ ਜਿਹੜਾ ਪ੍ਰਸਿੱਧ ਹੈ ਜੀ ਮੂਨ ਦੀ ਅੱਖ ਯੂਨੀਵਰਸਿਟੀ ਦੀਆਂ ਬੁੱਕਸ ਦੇ ਵਿੱਚ ਇਹਨੂੰ 1993 ਲਿਖਿਆ ਹੋਇਆ ਮਿਲਦਾ ਬਸ ਕਈ ਜਗ੍ਹਾ ਤੇ ਤੁਹਾਨੂੰ 1995 ਵੀ ਮਿਲ ਜੇਗਾ ਤਾਂ ਤੁਸੀਂ ਨੋਟ ਰੱਖਣਾ ਕਿ ਯੂਨੀਵਰਸਿਟੀ ਦੇ ਅਕੋਰਡਿੰਗ ਇਹਦੀ ਜਿਹੜੀ ਹੈਗੀ ਆ ਤਰੀਕ 1993 ਤਨਪੱਤਰ 98 ਵਿੱਚ ਹੈ ਜੀ এবੀ ਚੋਣੀਆਂ ਕਹਾਣੀਆਂ ਦਾ ਸੰਗ੍ਰਹਿ ਆ ਕਥਾ वार्ता 2000 ਦੇ ਵਿੱਚ ਸ਼ਬਦਾ ਜੀ এবੀ ਚੋਣੀਆਂ ਕਹਾਣੀਆਂ ਨੇ ਜੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਗੋਰਾਵਾਸਾ 2004 ਦੇ ਵਿੱਚ ਕਹਾਣੀ ਸੰਗ੍ਰਹਿ ਸ਼ਬਦਾ ਇਹ ਉਹਨਾਂ ਦੇ ਕੁਝ ਕਹਾਣੀ ਸੰਗ੍ਰਹਿ ਸਿਗੇ ਜਿਨ੍ਹਾਂ ਦੀ ਆਪਾਂ ਚਰਚਾ ਕਰਾਂਗੇ ਉਹਨਾਂ ਦੇ ਵਿੱਚ ਕਹਾਣੀਆਂ ਕਿੰਨੀਆਂ ਨੇ ਜੀ ਇਹ ਇੱਕ ਕਹਾਣੀ ਸੰਗ੍ਰਹਿ ਦੇ ਵਿੱਚੋਂ ਉਹਦੇ ਵਿੱਚੋਂ ਸਭ ਤੋਂ ਪ੍ਰਸਿੱਧ ਕਹਾਣੀ ਕਿਹੜੀ ਆ ਉਹਦਾ ਵਿਸ਼ਾ ਕਿਸ ਤਰ੍ਹਾਂ ਦਾ ਜੀ ਉਹ ਥੋੜੀ ਜੀ ਆਪਣੀ ਵਿਚਾਰ ਚਰਚਾ ਦਾ ਅੱਜ ਦਾ ਵਿਸ਼ਾ ਰਹੇਗੀ ਪਹਿਲਾ ਸੰਗ੍ਰਹਿ ਹੈ ਜੀ ਜੋ ਉਸ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਕਿਹੜਾ ਹੈ ਜੀ ਦਿਲਚੋਲੀ 1965 ਦੇ ਵਿੱਚ ਛਪਿਆ 15 ਕਹਾਣੀਆਂ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਜੀ 15 ਕਹਾਣੀਆਂ ਦੇ ਵਿੱਚੋਂ ਇੱਕ ਤਾਂ ਨਾਮ ਹੀ ਹੋਏਗਾ ਜੀ ਸੇਮ ਦਿਲਚੋਲੀ ਜ਼ੈਬੋ ਕੋਟਨਾ ਇੱਕ ਖਬਰ ਦੁੱਧ ਦਾ ਸਵਾਦ ਮਟਕਣ ਲਾਲ ਖੋਜ਼ਾ ਬਾਕੀ ਸਭ ਸੁਖਸਾਂ ਦਾ ਜੀ ਜੋ ਬਹੁਤ ਜ਼ਿਆਦਾ ਪ੍ਰਸਿੱਧ ਹੈ ਜੀ ਤੇ ਪੰਜਾਬ ਬੋਰਡ ਦੀਆਂ ਬੁੱਕਸ ਦੇ ਵਿੱਚ ਲੱਗੀ ਹੋਈ ਹੈ ਦਾਇਆ ਮੇਂਗਲ ਮਾਨ ਪੱਤਰ ਤੋਂ ਬਿਨਾ ਸੀ ਇੱਕ ਬਰੀ ਕਹਾਣੀ ਇੱਕ ਦਾਣਾ ਪਲਾਟ ਉਦਵਾਰ ਸੋਮਨਾਥ ਦਾ ਮੰਦਿਰ ਜੀ ਗੰਗਾਜਲ ਕੇ ਵੈਂਕਟਰਾਉ ਜੀ ਜੋ ਬਹੁਤ ਹੀ ਜਿਆਦੇ ਪ੍ਰਸਿੱਧ ਨੇ ਜੀ ਔਲਾਦ ਇਹ 15 ਕਹਾਣੀਆਂ ਨੇ ਜੋ ਦਿਲਚੋਲੀ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਜੀ ਉਹਨਾਂ ਦੀ ਆਪਾਂ ਵਿਚਾਰ ਚਰਚਾ ਕਰਾਂਗੇ ਉਹਦੇ ਵਿੱਚੋਂ ਕਿਹੜੀਆਂ ਪ੍ਰਸਿੱਧ ਨੇ ਜੀ ਜਾਂ ਆਪਾਂ ਕਹਾਣੀ ਸੰਗ੍ਰਹਿ ਦੇ ਆਪਾਂ ਗੱਲ ਕਰਦੇ ਹਾਂ ਜੀ ਮਾਲਵੇ ਦੇ ਪਿੰਡੂ ਸੱਭਿਆਚਾਰ ਨੂੰ ਬੜੀ ਵਰੀਕੀ ਦੇ ਨਾਲ ਪੇਸ਼ ਕੀਤਾ ਜੀ ਤੇ ਪਿੰਡੂ ਸੱਭਿਆਚਾਰ ਤੋਂ ਇਲਾਵਾ ਜੀ ਉਹਨਾਂ ਨੇ ਇਸ ਸੰਗ੍ਰਹਿ ਦੇ ਵਿੱਚ ਪਿੰਡਾਂ ਦੇ ਜੋ ਮੱਧ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾਗਾ ਤਾਂ ਪਹਿਲੇ ਹੀ ਕਹਾਣੀ ਸੰਗ੍ਰਹਿ ਦੇ ਵਿੱਚੋਂ ਪਹਿਲੀ ਕਹਾਣੀ ਜੋ ਤਿਲ ਚੌਲੀ ਹੈ ਉਸ ਦੇ ਵਿਸ਼ੇ ਦੀ ਗੱਲ ਕਰਦੇ ਹਾਂ ਤਿਲ ਚੌਲੀ ਇੱਕ ਕਹਾਣੀ ਦੇ ਵਿੱਚ ਇੱਕ ਸੁਧਾਰਨ ਆਦਮੀ ਦੀ ਰੌਣਕ ਤੋਂ ਪਾਵਾ ਇੱਕ ਸਧਾਰਨ ਆਦਮੀ ਹੈ ਜੀ ਰੌਣਕ ਜੋ ਇੱਕ ਸ਼ਾਹੂਕਾਰ ਹੈ ਜੀ ਤੋਂ ਲੋਟਕ ਸ਼ਟ ਨਾਲ ਬਣੀ ਸਹਿਰੀ ਚੌਧਰੀ ਰੌਣਕ ਮੱਲ ਦਾ ਸਫ਼ਰ ਤੱਕ ਉਹਨੇ ਇੱਕ ਸਫ਼ਰ ਤੈਅ ਕੀਤਾ ਜੀ ਉਥੋਂ ਤੱਕ ਦੇ ਸਫ਼ਰ ਨੂੰ ਬਿਆਨ ਕਰਦੀ ਹੋਈ ਕਹਾਣੀ ਹੈ ਰੌਣਕ ਮੱਲ ਨੂੰ ਆਪਣੇ ਵਿਰੁੱਧ ਇਕੱਠ ਕਹ ਲੋ ਜੀ ਲੋਕਾਂ ਦਾ ਇਕਜੁੱਟ ਹੋ ਕੇ ਹੋਰੀ ਸ਼ਕਤੀ ਲੋਕ ਸ਼ਕਤੀ ਤੋਂ ਇਨਾ ਡਰ ਲੱਗਦਾ ਕਿ ਉਸ ਨੂੰ ਚਾਰੇ ਪਾਸੇ ਆਪਣੀ ਮੌਤ ਅਕਸਰ ਹੀ ਨਜ਼ਰ ਆਉਂਦੀ ਹੈ ਪੂੰਜੀਪਤੀ ਬਣ ਕੇ ਜੀ ਉਹਨੇ ਸਿਹੜੀ ਮੌਤ ਦੇ ਸਮਾਂਤਰ ਚੌਧਰੀ ਰੌਣਕ ਮੱਲੂ ਨੂੰ ਆਪਣੀ ਮਿਹਨਤ ਨਾਲ ਗੁਜ਼ਾਰਾ ਕਰਨ ਦੇ ਦਿਨ ਨੂੰ ਵੀ ਕਹਿ ਲੋ ਜੀ ਪੇਸ਼ ਕੀਤਾ ਜਦੋਂ ਉਹ ਮਿਹਨਤ ਕਰਦਾ ਹੁੰਦਾ ਸੀ ਉਹਨਾਂ ਦਿਨਾਂ ਦੀ ਪੇਸ਼ਕਾਰੀ ਕੀਤੀ ਹੋਈ ਹੈ ਕਿ ਕਿਵੇਂ ਸੁੱਖ ਦਾ ਮਸਾ ਲੈਂਦਾ ਸੀ ਕਿਵੇਂ ਵਧੀਆ ਆਰਾਮ ਨਾਲ ਜੀਵਨ ਬਤੀਤ ਕਰਦਾ ਸੀ ਉਹ ਸਾਰੀ ਪੇਸ਼ਕਾਰੀ ਇਸ ਕਹਾਣੀ ਦੇ ਵਿੱਚ ਕੀਤੀ ਹੋਈ ਹੈ ਸ਼ੁਰੂ ਤੋਂ ਲੈ ਕੇ ਉਹਦੇ ਚੌਧਰੀ ਬਣਨ ਤੱਕ ਦੇ ਜਿਹੜੋ ਸਫ਼ਰ ਦੀ ਹੈ ਪੇਸ਼ਕਾਰੀ ਆ ਉਹ ਕਿਵੇਂ ਉਹ ਦਿਨ ਨੀਂਦ ਹਰਾਮ ਹੋ ਜਾਂਦੀ ਹੈ ਉਹ ਸਾਰੀ ਪੇਸ਼ਕਾਰੀ ਇਹ ਕਹਾਣੀ ਵਿੱਚ ਵੇਖਣ ਨੂੰ ਮਿਲਦੀ ਹੈ ਜੀ ਘੋੜਾ ਕਹਾਣੀ ਦੇ ਵਿੱਚ ਇੱਕ ਅਜੀਹੇ ਤਰ੍ਹਾਂ ਦੀ ਕਹਾਣੀ ਹੈ ਜੀ ਜੋ ਪਰੇਸ਼ਾਨ ਹੋ ਜਾਂਦਾ ਕਿਉਂ ਹੋ ਜਾਂਦਾ ਜੀ ਕਿਉਂਕਿ ਉਸ ਦਾ ਕਿੱਤਾ ਉਸ ਤੋਂ ਵਿਸਰਿਆ ਜੀ ਇਸ ਕਹਾਣੀ ਦੇ ਵਿੱਚ ਹੀ ਮਨੁੱਖ ਦੇ ਕਿਰਤ ਨਾਲੋਂ ਟੁੱਟ ਕੇ ਉਭਜੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਜੀ ਸਮੇਂ ਦੇ ਆਉਣ ਨਾਲ ਤਬਦੀਲੀਆਂ ਆ ਰਹੀਆਂ ਨੇ ਜੀ ਇਹ ਤਬਦੀਲੀਆਂ ਦੇ ਨਾਲ ਆਪਾਂ ਕੱਗੇ ਜੀ ਜੋ ਬਹੁਤ ਹੀ ਕਿਰਤੀ ਸੀਗੇ ਜੀ ਜੋ ਉਹਨਾਂ ਦਾ ਜਦੀ ਜੋ ਕਿਤਾ ਸੀਗਾ ਜੋ ਪੀੜੀ ਦਾ ਪੀੜੀ ਕਰਦੇ ਆਏ ਨੇ ਜੀ ਉਹ ਉਹਨਾਂ ਤੋਂ ਵਿਸਰ ਰਿਹਾ ਉਹਦਾ ਕਾਰਨ ਬਹੁਤ ਸਾਰੇ ਨੇ ਜੀ ਕਿ ਸਮਾਜ ਦੀ ਜੋ ਪੈਸੇ ਦੀ ਦੌੜ ਹੈ ਉਸ ਦੇ ਵਿੱਚ ਹਰੇਕੀ ਸ਼ਾਮਿਲ ਹੋਣਾ ਚਾਹੁੰਦਾ ਤਾਂ ਉਹ ਆਪਦੇ ਜਿਹੜੇ ਵਿਰਸੇ ਨੇ ਆਪਣੇ ਸਭਿਆਚਾਰ ਨੂੰ ਪਿੱਛੇ ਛੱਡ ਰਹੇ ਨੇ ਤਾਂ ਉਸੇ ਤਰ੍ਹਾਂ ਦੀ ਇੱਕ ਕਹਾਣੀ ਹੈਗੀ ਹੈ ਕੋਟਰਾ ਤੇਲਚਾਲੀ ਦੇ ਵਿੱਚੋਂ ਜੀ ਬਾਕੀ ਸਭ ਸੁਖਸਾਨ ਹੈ ਕਹਾਣੀ ਜੋ ਆਪਾਂ ਬਹੁਤ ਹੀ ਮਹੱਤਵਪੂਰਨ ਗੱਲ ਹਗੀ ਅਸੀਂ ਪੰਜਾਬ ਬੋਰਡ ਵਿੱਚ ਸ਼ਾਮਿਲ ਕੀਤਾ ਗਿਆ ਇਸ ਕਹਾਣੀ ਨੂੰ ਇਹਦੀ ਆਪਾਂ ਚਰਚਾ ਫਿਰ ਡਿਟੇਲ ਦੇ ਵਿੱਚ ਐਂਡ ਤੇ ਕਰਾਂਗੇ ਜੀ ਉਹਦੇ ਕਹਾਣੀ ਦੇ ਤੌਰ ਤੇ ਡਿਟੇਲ ਫੁੱਲ ਹੋਏਗੀ ਕਹਾਣੀ ਦੇ ਪਾਤਰ ਨੇ ਜੀ ਬੇਬੋ ਬੇਬੇ ਆਪਾਂ ਅਕਸਰੀ ਪਿੰਡਾਂ ਦੇ ਵਿੱਚ ਬੇਬੇ ਜੋ ਹੁੰਦੀ ਹੈ ਜੀ ਉਸ ਤਰ੍ਹਾਂ ਦੀ ਹੈ ਜੀ ਜੋ ਦੁੱਖਾਂਤ ਖਰੀ ਪਾਣ ਦੇ ਨਾਲ ਘिरी ਹੋਈ ਹੈ ਹੋਣ ਦੇ ਬਾਵਜੂਦ ਵੀ ਚਿੱਠੀ ਵਿੱਚ ਸੁਖ ਸਾਂਦ ਲਿਖਣ ਦੇ ਲਈ ਆਖਦੀ ਹੈ ਇੱਕ ਮਾਂ ਹੈਗੀ ਹੈ ਜੀ ਜਿਸ ਤਰ੍ਹਾਂ ਕਿ ਉਹ ਆਹਦੇ ਬੱਚੇ ਨੂੰ ਉਹ ਸਾਰੀਆਂ ਚੀਜ਼ਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਚਿੱਠੀ ਦੇ ਵਿੱਚ ਸੁਖਸਾਨ ਦਾ ਸਨੇਹਾ ਭੇਜਦੀ ਹੈ ਇਹ ਨਾਰੀ ਚੇਤਨਾ ਦੇ ਅਹਿਮ ਪਹਿਲੂ ਨੂੰ ਬਖੋਬੀ ਪੇਸ਼ ਕਰਦੀ ਹੈ ਕਹਾਣੀ ਕਿ ਬਾਕੀ ਸਭ ਸੁਖਸਾਨ ਦਾ ਜੀ ਦੁੱਖ ਤਕਰੀਫਾਂ ਜ਼ਿੰਦਗੀ ਵਿੱਚ ਉਹਨਾਂ ਨੂੰ ਕਿੰਨੀਆਂ ਹੀ ਸਾਹਮਣਾ ਕਰਨਾ ਪੈ ਰਿਆ ਪਰ ਬੇਬੇ ਫਿਰ ਵੀ ਉਹ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੇ ਦੁੱਖ ਤਕਰੀਫਾਂ ਤੋਂ ਬਚ ਕੇ ਜੀ ਸੁਖਸਾਨ ਦਾ ਸਨੇਹਾ ਭੇਜੇ ਣੁਖ ਦੀ ਪੈੜ 1967 ਦੇ ਵਿੱਚ ਛਪਿਆ ਜੀ ਇਹਦੇ ਵਿੱਚ 13 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਮੈਨੂੰ ਟਗੋਰ ਬਣਾ ਦੇਮਾ ਆਸ਼ੀਰਵਾਦ ਮੇਰੀ ਮੁਸਕਾਨ ਮੋੜ ਦੇ ਮਨੁੱਖ ਦੀ ਪੈੜ ਜੋ ਕਹਾਣੀ ਸੰਗ੍ਰਹਿ ਦਾ ਨਾਮ ਹੈ ਜੀ ਉਹੀ ਛੜੇ ਦੁਸ਼ਮਣ ਇੱਕ ਚੋਰ ਦਾ ਜਨਮ ਉੜੀਕ ਮੈਥੋਂ ਮੇਰੇ ਦੁੱਖ ਨਾ ਲਵੋ ਪੰਜਾਬ ਠੀਕ ਹੈ ਜੀ ਕਈ ਜਗ੍ਹਾ ਦਾ ਨਾਮ ਥੋੜਾ ਬੋਤਾ ਅੱਗੇ ਪਿੱਛੇ ਵੀ ਹੋ ਸਕਦਾ ਠੰਡ ਕਰਕੇ ਗਰਮੀ ਕਰਕੇ ਮਾਮਾ ਧੀਆਂ ਪਿੱਤਲ ਦੇ ਬਟਨ ਜੀ ਇਹ ਜੋ 13 ਕਹਾਣੀਆਂ ਨੇ ਮਨੁੱਖ ਦੀ ਪੈਣ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਉਹਨਾਂ ਵਿੱਚੋਂ ਕੁਝ ਪ੍ਰਸਿੱਧ ਨੇ ਕਹਾਣੀਆਂ ਉਹਨਾਂ ਦੀ ਥੋੜੀ ਚਰਚਾ ਕਰਦੇ ਹਾਂ ਮੈਨੂੰ ਟੰਗੋਰ ਬਣਾ ਦੇਮਾ ਕਾਫੀ ਜ਼ਿਆਦਾ ਪ੍ਰਸਿੱਧ ਹੈ ਜੀ ਕਹਾਣੀ ਇਸ ਦੇ ਵਿੱਚ ਜੋ ਗੱਲਬਾਤ ਕੀਤੀ ਹੋਈ ਹੈ ਜੀ ਇਸ ਕਹਾਣੀ ਵਿੱਚ ਸਮਾਜੀ ਸਿਸਟਮ ਨੂੰ ਕਰਤੂਤਾਂ ਦਾ ਜੋ ਦੁਖਾਂਤ ਪੇਸ਼ ਕੀਤਾ ਗਿਆ ਜੀ ਪ੍ਰੰਤੂ ਇਨਾਂ ਦਾ ਕੋਈ ਵੀ ਦ੍ਰਿੜ ਸੰਕਲਪ ਜਾਂ ਟੀਚਾ ਉਸ ਤਰ੍ਹਾਂ ਦੇ ਦੁਖਾਂਤ ਦੇ ਮਗਰੋਂ ਸੁਖਾਂਤਕ ਪਲਾਂ ਦੇ ਵਿੱਚ ਅਹਿਸਾਸ ਜ਼ਰੂਰ ਕਰਵਾਉਂਦੀ ਹੈ ਕਿ ਜਦੋਂ ਦੁੱਖ ਆਉਂਦੇ ਨੇ ਜੀ ਤਾਂ ਸੁੱਖ ਉਸ ਦੇ ਵਿੱਚ ਆਣੀ ਵੀ ਬੜੇ ਜ਼ਰੂਰੀ ਨੇ ਉਸ ਤਰ੍ਹਾਂ ਦੀ ਪੇਸ਼ਕਾਰੀ ਕਰਦੀ ਹੋਈ ਕਹਾਣੀ ਹੈ ਮਨੁੱਖ ਦੇ ਪੈੜ ਜੋ ਕਹਾਣੀ ਸੰਗ੍ਰਹਿ ਹੈ ਉਸ ਦਾ ਨਾਮ ਹੈ ਉਸ ਦੀ ਹੀ ਕਹਾਣੀਆਂ ਜੋ ਉਸ ਨਾਮ ਤੇ ਇਸ ਕਹਾਣੀ ਵਿੱਚ ਉਪਰੋਕਤ ਕਹਾਣੀਆਂ ਦੇ ਵਾਂਗ ਹੀ ਜਿਹੇ ਆਵਾਤਾਰਨ ਸਿਰਜਿਆ ਗਿਆ ਜੋ ਦੁਖਾਂਤਕ ਨੂੰ ਸੁਖਾਂਤਕ ਦੇ ਨਾਲ ਜੋੜਦਾ ਭਾਵ ਜੋ ਦੁੱਖਾਂ ਦੇ ਵਿੱਚੋਂ ਨਿੰਗਦੇ ਹੋਏ ਅਖੀਰ ਦੇ ਵਿੱਚ ਸੁੱਖ ਤੱਕ ਪਹੁੰਚਦਗਾਣੀ ਤੇ ਸੁੱਖ ਤੱਕ ਦਾ ਜੋ ਸਫਰ ਹੈ ਉਹ ਤੈਅ ਕਰਦਿਆ ਨਹੀਂ ਉਸ ਦੀ ਪੇਸ਼ਕਾਰੀ ਇਹਨਾਂ ਕਹਾਣੀ ਕਹਾਣੀਆਂ ਦੇ ਵਿੱਚ ਕੀਤੀ ਹੈ ਸੰਗ੍ਰਹਿ ਦੇ ਵਿੱਚ ਜੋ ਵਾਰ-ਵਾਰ ਜੋ ਵੱਖ-ਵੱਖ ਕਹਾਣੀਆਂ ਦੇ ਵਿੱਚ ਕਰਦੇ ਆ ਰਹੇ ਨੇ ਮਾਵਾਤੀਆਂ ਜੀ ਉਸੇ ਤਰ੍ਹਾਂ ਹੀ ਉਹਨਾਂ ਦੇ ਜੋ ਵਿਚਾਰ ਦੀ ਜੋ ਵਾਰਤਾ ਹੈਗੀ ਉਹਨਾਂ ਦੇ ਨਾਲ ਸੰਬੰਧਤ ਹੈ ਜੀ ਵਾਸਨਾ ਦੇ ਨਾਲ ਸੰਬੰਧਤ ਹੈ ਇਸਤਰੀ ਤਵ ਦੇ ਵਿੱਚ ਧੀਆ ਤੇ ਜੋ ਧੀਆ ਦੀ ਮਾਮਾ ਦੀ ਦੋਨੋਂ ਦੀ ਆਪਸ ਵਿੱਚ ਟੱਕਰ ਵਿਖਾਈ ਗਈ ਹੈ ਨਾਮ ਤੋਂ ਹੀ ਪਤਾ ਲੱਗਦਾ ਜੀ ਮਾਮਾ ਧੀਆ ਦੋਨੋਂ ਦੀ ਆਪਸੀ ਟੱਕਰ ਨੂੰ ਬਿਆਨ ਕਰਦੀ ਹੋਈ ਇਹ ਕੀ ਹੈ ਕਹਾਣੀ ਹੈ ਉਸ ਤੋਂ ਬਾਅਦ ਜੀ ਗੱਲ ਕਰਦੇ ਹਾਂ ਜੀ ਪਿੱਤਲ ਦੇ ਬਟਨ ਠੀਕ ਹੈ ਇਸ ਕਹਾਣੀ ਦੇ ਵਿੱਚ ਕਹ ਰਹੇ ਜੀ ਇਸਤਰੀ ਦੀ ਗੱਲ ਕੀਤੀ ਗਈ ਹੈ ਜੀ ਇਸਤਰੀ ਮਨੁੱਖੀ ਜੀਵਨ ਵਿੱਚ ਇੱਕ ਵੱਡਾ ਖਲਾਸਾ ਦੀ ਤੇ ਮਰਦ ਦੀ ਕਮਜ਼ੋਰੀ ਹੈ ਪਰੰਤੂ ਦੋਹਾਂ ਦੇ ਮਿਲਾਪ ਨੂੰ ਇਹਨਾਂ ਨੂੰ ਕੀ ਕਿਹਾ ਗਿਆ ਜੀ ਪਿੱਤਲ ਦੇ ਬਟਨਾ ਨੂੰ ਸੋਨੇ ਦੇ ਬਟਨਾ ਵਿੱਚ ਬਦਲ ਸਕਦਾਗਾ ਜੇਕਰ ਸਹੀ ਤਰੀਕੇ ਨਾਲ ਜੀ ਇਸਤਰੀ ਵੀ ਵਧੀਆ ਹੈ ਤੇ ਉਧਰੋਂ ਮਰਦ ਵੀ ਵਧੀਆ ਤਾਂ ਉਹ ਜੋ ਪਿੱਤਲ ਦੇ ਬਟਨੇ ਨੇ ਜੀ ਉਹ ਸੋਨੇ ਦੇ ਬਟਨਾ ਦੇ ਵਿੱਚ ਬਦਲ ਜਾਂਦੇ ਨੇ ਇਸ ਤਰ੍ਹਾਂ ਦੀ ਕਹਾਣੀ ਹੀ ਪੇਸ਼ ਕੀਤੀ ਗਈ ਹੈ ਜਿਵੇਂ ਵੈਲੀ ਜੱਟਾਂ ਦੇ ਚਰਿੱਤਰ ਉਨ੍ਹਾਂ ਦੀ ਮੜਕਵਾਜ਼ੀ ਹੰਕੜਵਾਜ਼ੀ ਦੀਆਂ ਆਤਾਂ ਨੂੰ ਇਹਦੇ ਵਿੱਚ ਪੇਸ਼ ਕੀਤਾ ਗਿਆਗਾ ਤਾਂ ਕਿਵੇਂ ਉਹ ਕੈਲੋਜੀ ਪਤਲ ਦੇ ਬਟਨਾਂ ਨੂੰ ਸੋਨੇ ਦੇ ਬਟਨਾਂ ਦੇ ਵਿੱਚ ਬਦਲ ਦੇਣੇ ਸੀ ਉਸ ਤਰ੍ਹਾਂ ਦੀ ਕਹਾਣੀ ਨੂੰ ਪੇਸ਼ ਕੀਤਾ ਹੋਇਆ ਇਸ ਕਹਾਣੀ ਦੇ ਵਿੱਚ ਵੇਖਣ ਨੂੰ ਮਿਲਦਾ ਜੀ ਕਾਠ ਦੀ ਲੱਤ 1975 ਦੇ ਵਿੱਚ ਛਪਿਆ ਜੀ ਕਹਾਣੀ ਸੰਗ੍ਰਹਿ ਇਸ ਦੇ ਵਿੱਚ 16 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਉਹ ਕਿੜੀਆਂ ਕਿੜੀਆਂ ਨੇ ਜੀ ਦੋਸੀ ਔਰਤ ਤੋਂ ਔਰਤ ਤੱਕ ਮੀਤ ਟੜਕਿਆ ਹੋਇਆ ਸ਼ੀਸ਼ਾ ਪਰ ਕਿਹੋ ਜਿਹਾ ਲੋਕ ਲక్ష్ਮੀ ਸਿਉਣੀ ਦਾ ਮਿਰਗ ਵਿਸ਼ਵਾਸ ਹੋ ਜਾਣ ਤੋਂ ਪਿੱਛੋਂ ਉਸ ਤੋਂ ਬਾਅਦ ਹੋਇਆ ਹੋਇਆ ਚਿਹਰਾ ਗਮ ਦਾ ਗੀਤ ਗਿਲਾ ਨਮਾ ਦਿਲ ਬਾਬੂ ਮਾਇਆ ਦਾਸ ਮਿੱਟੀ ਦੇ ਘਰ ਦੂਜੀ ਮੌਤ ਕਾਠ ਦਿਲਤ ਜੋ ਕਹਾਣੀ ਦਾ ਸੰਗ੍ਰਹਿ ਦਾ ਨਾਮ ਹੈ ਜੀ ਉਹ ਕਹਾਣੀ ਜ਼ਰੂਰ ਹੋਏਗੀ ਉਹਦੇ ਵਿੱਚ ਸ਼ਾਮਲ ਤਾਂ ਉਹ ਲਾਸਟ ਤੇ ਸ਼ਾਮਲ ਕੀਤਾ ਗਿਆ ਇਨ੍ਹਾਂ ਦੇ ਵਿੱਚੋਂ ਜੋ ਮਹੱਤਵਪੂਰਨ ਕਹਾਣੀਆਂ ਸੀ ਉਹਨਾਂ ਦੀ ਗੱਲ ਕਰਾਂਗੇ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਸੀ ਉਹਨਾਂ ਨੇ ਮੱਧ ਵਰਗੀ ਜੋ ਸਮਾਜ ਹੈ ਉਸ ਦੀ ਪੇਸ਼ਕਾਰੀ ਇਹਨਾਂ ਕਹਾਣੀਆਂ ਦੇ ਵਿੱਚ ਕੀਤੀ ਹੈ ਸੰਗ੍ਰਹਿਹ ਦੇ ਵਿੱਚ ਕੀਤੀ ਹੋਈ ਮਿਲਦੀ ਹੈ ਤੜਕਿਆ ਹੋਇਆ ਸੀ ਸਾਈ ਇਸ ਕਹਾਣੀ ਦੀ ਗੱਲ ਕਰਦੇ ਹਾਂ ਇਸ ਦੇ ਵਿੱਚ ਪਿੰਡੂ ਵਰਗ ਦੇ ਨਾਲ ਨਾਲ ਜੀ ਸ਼ਹਿਰੀ ਸਮਾਜ ਸਭਿਆਚਾਰ ਦੀ ਜੋ ਨੌਕਰੀ ਪੈਸਾ ਤੇ ਮੱਧ ਵਰਗ ਸ਼੍ਰੇਣੀ ਦੀਆਂ ਅਸਧਾਰਨ ਮਨੋਵਿਗਿਆਨਕ ਗੁਲਜਰਾਨੀ ਦੀ ਤਰਜਮਾ ਨਹੀਂ ਕਰਦੀਆਂ ਨੇ ਜੀ ਇਹ ਕਹਾਣੀ ਦੇ ਵਿੱਚ ਪੇਸ਼ ਕੀਤਾ ਗਿਆ ਜੀ ਤੜਕਿਆ ਹੋਇਆ ਸ਼ੀਸ਼ਾ ਕਹਾਣੀ ਦੇ ਵਿੱਚ ਇਸੇ ਤਰ੍ਹਾਂ ਦੇ ਦੁੱਖਾਂ ਸੁੱਖਾਂ ਦੀ ਬਾਤ ਪਾਈ ਗਈ ਹੈ ਕਿਹੜੇ ਜੀ ਪਿੰਡੂ ਵਰਗ ਦੇ ਤੇ ਸ਼ਹਿਰੀ ਵਰਗ ਦੇ ਦੋਨਾਂ ਦੇ ਨੌਕਰੀ ਪੇਸਾ ਲੋਕ ਨੇ ਜੀ ਉਹਨਾਂ ਦੀ ਗੱਲ ਕੀਤੀ ਹੋਈ ਹੈ ਉਹਨਾਂ ਦੇ ਦੁੱਖਾਂ ਦੀ ਗੱਲ ਕੀਤੀ ਹੋਈ ਹੈ ਸੁੱਖਾਂ ਦੀ ਗੱਲ ਕੀਤੀ ਹੋਈ ਹੈ ਕਿਹੜੇ ਕਹਾਣੀ ਦੇ ਵਿੱਚ ਤੜਕਿਆ ਹੋਇਆ ਸ਼ੀਸ਼ਾ ਦੇ ਵਿੱਚ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਹਾਣੀ ਦੀ ਬਾਬੂ ਮਾਇਆ ਦਾਸ ਇਸ ਦੇ ਵਿੱਚ ਜੀ ਸ਼ਹਿਰੀ ਸੱਭਿਆਚਾਰ ਦਾ ਕਿਹੜੀ ਗੱਲ ਕੀਤੀ ਹੈ ਜੀ ਨੌਕਰੀ ਪੇਸ਼ਾ ਨੰਦ ਵਰਗੀ ਦੀਆਂ ਤੰਗੀਆਂ ਤਰਸ਼ੀਆਂ ਦੁੱਖਾਂ ਤਕਲੀਫਾਂ ਉਹ ਉਹਨਾਂ ਦੀਆਂ ਜੋ ਆਸ਼ਾਵਾ ਨਹੀਂ ਉਹਨਾਂ ਨੂੰ ਪ੍ਰਗਟ ਕਰਦੀ ਹੋਈ ਇਹ ਕਹਾਣੀ ਹੈ ਕਿਹੜੀ ਜੀ ਬਾਬੂ ਮਾਇਆ ਦਾਸ ਕਿ ਨਾਮ ਹੀ ਇਸ ਤਰ੍ਹਾਂ ਦਾ ਦੱਸਦਾ ਜੀ ਕਿ ਬਾਬੂ ਜੋ ਮਾਇਆ ਉਸ ਨੂੰ ਕਮਾਉਣ ਦੇ ਲਈ ਜੋ ਦਾਸ ਬਣਿਆ ਹੋਇਆ ਹੈ ਉਹਦਾ ਮਾਇਆ ਦਾ ਉਸ ਦੀ ਪੇਸ਼ਕਾਰੀ ਕਰਦੀ ਹੈ ਜੀ ਸ਼ਹਿਰੀ ਵਰਗ ਦੀ ਨੌਕਰੀ ਬੇਸਾ ਮਦ ਵਰਗਾ ਜੀ ਜੋ ਉਸਦੀ ਪੇਸ਼ਕਾਰੀ ਕਰਦੀ ਹੋਈ ਕਹਾਣੀ ਹੈ ਕਾਠ ਦੀ ਲਤ ਇਸ ਕਹਾਣੀ ਵਿੱਚ ਜੀ ਇੱਕ ਪਾਸੇ ਜਿੱਥੇ ਜੀ ਪੁਰਸ਼ ਦੇ ਤਸੱਦ ਭਾਵ ਜੋ ਪੁਰਸ਼ ਜੋ ਜੁਰਮ ਕਰਦੀ ਹੈ ਉਸ ਨੂੰ ਬਿਆਨ ਕਰਦੀ ਹੈ ਜੀ ਦੂਜੇ ਪਾਸੇ ਬਚਣੇ ਵਰਗੇ ਪਾਤਰ ਦੀ ਗੁੰਝਲਦਾਰ ਸਥਿਤੀ ਨੂੰ ਵੀ ਪ੍ਰਗਟ ਕੀਤਾ ਗਿਆ ਜਿਸ ਨੂੰ ਆਪਣਾ ਅਸਤਿਤਵ ਕਾਠ ਦੀ ਲਤ ਵਰਗਾ ਹੋਇਆ ਜਾਪਦਾ ਹੈ ਕਿ ਇਸ ਕਹਾਣੀ ਦੇ ਵਿੱਚ ਪੁੱਛਦੇ ਜੋ ਲੋਕਾਂ ਦੇ ਕਿਤੇ ਜਾ ਰਹੇ ਜ਼ੁਰਮ ਹੈ ਜੀ ਉਸ ਨੂੰ ਬਿਆਨ ਕਰਦੀ ਹੋਈ ਹੈ ਤੇ ਵਚਣੇ ਵਰਗੇ ਪਾਤਰਾਂ ਦੀ ਜੋ ਉਲਝਣ ਦੇ ਵਿੱਚ ਗੁਲ ਭਾਵ ਜੋ ਮਨੁਸਤੀਤੀ ਦੇ ਵਿੱਚ ਅੜਕੇ ਪਏ ਆ ਉਹਨਾਂ ਨੂੰ ਸਮੱਸਿਆਵਾਂ ਦਾ ਕੁਝ ਤਾਂ ਸਾਹਮਣਾ ਕਰਨਾ ਪੈਂਦਾ ਉਸ ਦੀ ਜੋ ਮਨੁਸਤੀਤੀ ਹੈ ਉਸ ਨੂੰ ਬਿਆਨ ਕਰਦੀ ਹੋਈ ਇਹ ਕਹਾਣੀ ਹੈ ਕਾਠ ਦੀ ਲੱਤ ਅਗਲਾ ਕਹਾਣੀ ਸੰਗਰਿਆ ਹੈ ਜੀ ਮੂਨ ਦੀ ਅੱਖ ਜਿਹੜਾ ਅਪਾ ਕਨੇ ਜੀ ਯੂਨੀਵਰਸਿਟੀ ਦੀਆਂ ਕਿਤਾਬਾਂ ਵਿੱਚ 1993 ਲਿਖਿਆ ਹੋਇਆ ਹੈ ਕਈ ਜਗ੍ਹਾ 95 ਵੀ ਮਿਲ ਜੇਗਾ ਤੁਹਾਨੂੰ ਤਾਂ ਇਹਦੇ ਵਿੱਚ ਸੱਤ ਕਹਾਣੀਆਂ ਨੇ ਜੀ ਕਬੂਤਰ ਮੂੰਦੀ ਅੱਕ ਸਾਂਝ ਕੇਸਵਾ ਜਉਣੀਏ ਪਾੜ ਉਰਫ ਤੇ ਸੱਟ ਇਹ ਸੱਤ ਕਹਾਣੀਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਜੀ ਇਸ ਕਹਾਣੀ ਦੇ ਵਿੱਚ ਕਹ ਲਓ ਜੀ ਵਿਸ਼ੇਸ਼ ਤੌਰ ਤੇ ਆਪਾਂ ਗੱਲ ਕਰੀਏ ਜੀ ਪੰਜਾਬ ਦੇ ਸੰਕਟ ਦੀਆਂ ਜੋ ਗੁੰਝਰਾਣੇ ਪ੍ਰੇਰਕਾਲ ਦੇ ਪ੍ਰਵਾਹਾਂ ਨੂੰ ਪੇਸ਼ ਕੀਤਾ ਹੋਇਆ ਸਾਂਝੀ ਵਾਲਤਾ ਦੇ ਰਚਨਾ ਦੇ ਵਿਵੇਕ ਨੂੰ ਪੇਸ਼ ਕਰਦੀਆਂ ਹੋਈਆਂ ਕਹਾਣੀਆਂ ਨੂੰ ਉਭਾਰਨ ਦਾ ਯਤਨ ਕੀਤਾਗਾ ਉਸ ਤਰੀਕੇ ਨਾਲ ਪੇਸ਼ ਕੀਤੀਆਂ ਜਿਨ੍ਹਾਂ ਨੇ ਵਿਵੇਕ ਦੇ ਕੰਮ ਲੈਣਦੇ ਹੋਏ ਇਹਨਾਂ ਨੂੰ ਸਾਰਿਆਂ ਨੂੰ ਕਹਾਣੀਆਂ ਨੂੰ ਪੇਸ਼ ਕੀਤਾ ਹੋਇਆਗਾ ਇਸ ਕਹਾਣੀ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ ਇਹ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਕਦੋਂ ਦੀ ਸਮਾਂ ਦੱਸਦੇ ਹਾਂ ਜੀ 1947 ਤੋਂ ਲੈ ਕੇ 1984 ਤੱਕ ਦੇ ਦੰਗਿਆਂ ਦੀ ਮੂੰਹ ਬੋਲਦੀ ਤਸਵੀਰ ਹਨ ਕੇ ਪਾਵ 1900 ਦੇ ਵਿੱਚ ਜੋ ਦੰਗੇ ਹੋਏ ਨੇ ਜੀ ਉਹਨਾਂ ਨੂੰ ਇਸ ਕਹਾਣੀਆਂਾਂ ਦੇ ਵਿੱਚ ਪੇਸ਼ ਕੀਤਾ ਗਿਆਗਾ ਇਹਨਾਂ ਕਹਾਣੀਆਂਾਂ ਦੇ ਵਿੱਚ ਅਤਵਾਦ ਤੋਂ ਪੀੜਤ ਪੰਜਾਬ ਦੇ ਹਿੰਦੂ ਵਰਗ ਅਤੇ 84 ਦੇ ਦੰਗਿਆਂ ਤੋਂ ਪੀੜਤ ਕਿਹੜਾ ਸੀਗਾ ਜੀ ਸਿੱਖ ਵਰਗ ਦੇ ਜੋ ਸਹਿਮ ਹੈ ਉਹਨੂੰ ਮੁੱਖ ਤੌਰ ਤੇ ਆਪਣੀ ਰਚਨਾ ਦਾ ਵਿਸ਼ਾ ਵਸਤੂ ਬਣਾਇਆ ਗਿਆ ਪ੍ਰਸੰਗ ਵਸ ਕਿਤੇ ਕਿਤੇ 1947 ਦੀ ਵੰਡ ਸਮੇਂ ਕਤਲੇ ਮੁਸਲਮਾਨ ਵਰਗਾਂ ਦੀ ਉਸ ਦੀ ਪੀੜ ਨੂੰ ਵੀ ਬਿਆਨ ਕੀਤਾ ਗਿਆ ਹੈ ਆਪਾਂ ਸਮੁੱਚੇ ਤੌਰ ਤੇ ਗੱਲ ਕਰੀਏ ਜੀ ਇਸ ਦੇ ਵਿੱਚ ਜੀ ਅਲੱਗ-ਅਲੱਗ 47 ਦੇ ਵਿੱਚ ਜੋ ਮੁਸਲਮਾਨਾਂ ਤੇ ਭਾਵ ਜੋਤ ਕੈਲੋਜੀਜ਼ਰ ਮਟਾਇਆ ਗਿਆ ਉਸ ਦੀ ਪੇਸ਼ਕਾਰੀ ਕਰਦੀਆਂ ਜੀ 84 ਦੇ ਵਿੱਚ ਸਿੱਖਾਂ ਦੀ ਤੇ ਹੋਰ ਜਦੋਂ ਜੀ 47 ਦੇ ਵਿੱਚ ਹੋਇਆ ਸੀ ਪੰਜਾਬ ਤੋਂ ਭਾਵੀ ਅਤਵਾਦ ਦੇ ਦੌਰ ਦੇ ਵਿੱਚ ਹਿੰਦੂਆਂ ਵਰਗ ਤੇ ਜੋ ਕੈਲੋਜੀਜ਼ਰ ਮੁਕੀਤੇ ਗਏ ਆ ਉਸ ਵਰਗ ਦੀ ਪੇਸ਼ਕਾਰੀ ਕਰਦੀਆਂ ਨੇ ਉਹਨਾਂ ਦੇ ਸਹਿਮੇ ਹੋਏ ਜੀਵਨ ਨੂੰ ਪੇਸ਼ ਕੀਤਾ ਗਿਆ ਉਹਨਾਂ ਦੇ ਸਹੀ ਮੇ ਹੋਏ ਚਰਿੱਤਰ ਨੂੰ ਪੇਸ਼ ਕੀਤਾ ਗਿਆ। ਮੂਨ ਦੀ ਅੱਖ ਕਹਾਣੀ ਦੇ ਵਿੱਚ ਜੀ ਪੰਜਾਬ ਸੰਕਟ ਦੇ ਸਮੇਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਗਿਆ। ਇਸ ਕਹਾਣੀ ਦੇ ਵਿੱਚ ਪੰਜਾਬ ਦੇ ਕਾਲੇ ਦੌਰ ਨੂੰ ਬਿਆਨ ਕੀਤਾ ਗਿਆ। ਜਿੱਥੇ ਨਸੀਬਕੌਰ ਵਰਗੀਆਂ ਔਰਤਾਂ ਦੇ ਸਿਰ ਤੋਂ ਉਹਨਾਂ ਦੇ ਸਾਈਂ ਭਾਵ ਉਹਨਾਂ ਦਾ ਘਰ ਵਾਲਾ ਮਰ ਜਾਂਦਾ ਖus ਜਾਂਦਾਗਾ ਤਾਂ ਉਹ ਦਰਦ-ਦਰ ਭਟਕਦੀਆਂ ਰਹਿੰਦੀਆਂ ਨੇ, ਭਟਕਣ ਲਈ ਮਜਬੂਰ ਹੋ ਜਾਂਦੀਆਂ ਨੇ। ਤਾਂ ਫੌਜੀਆ ਦੁਆਰਾ ਅਜਿਹੀਆਂ ਔਰਤਾਂ ਦੀ ਸਹਾਇਤਾ ਦੇ ਸੰਦਰਭ ਵਿੱਚ ਸਾਂਝੀ ਵਾਲਤਾ ਦਾ ਜੋ ਸੰਕਲਪ ਨੂੰ ਕਿਸੇ ਹੱਦ ਤੱਕ ਕਹਾਣੀ ਦੇ ਰਾਹੀਂ ਪ੍ਰਗਟਾਇਆ ਗਿਆ ਇਸ ਕਹਾਣੀ ਦੇ ਵਿੱਚ ਜੀ ਕਿਸੇ ਔਰਤ ਦੇ ਘਰ ਵਾਲਾ ਮਰ ਜਾਂਦਾ ਕਦੋਂ ਜੀ ਪੰਜਾਬ ਦਾ ਜੋ ਸੰਕਟ ਦਾ ਸਮਾਂ ਸੀ ਉਸ ਸਮੇਂ ਦੇ ਵਿੱਚ ਜੋ ਫੌਜੀਆਂ ਦੁਆਰਾ ਜੋ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਉਸ ਨੂੰ ਇਹ ਪੇਸ਼ ਕਰਦੀ ਹੋਈ ਕਹਾਣੀ ਹੈ ਇਸ ਦੇ ਵਿੱਚ ਪੇਸ਼ ਕੀਤਾ ਹੋਇਆ ਪਾੜ ਦੀ ਆਪਾਂ ਗੱਲ ਕਰੀਏ ਇਸ ਕਹਾਣੀ ਦੇ ਵਿੱਚ ਜੀ ਪਾੜ ਹੀ ਨਾਮ ਹੀ ਦੱਸਦਾ ਹੈਗਾ ਜੀ ਕਿਸੇ ਚੀਜ਼ ਨੂੰ ਪਾੜ ਦੇਣਾ ਤਾਂ ਇਸ ਕਹਾਣੀ ਦੇ ਵਿੱਚ ਜੀ ਪੰਜਾਬ ਸੰਕਟ ਦੇ ਦੁਖਾਂਤ ਨੂੰ ਜਿਹੜਾ ਵਿਸ਼ਾ ਵਸਤੂ ਬਣਾਇਆ ਗਿਆ ਹੈਗਾ ਹਾਕਮ ਸਿਆਸਤ ਦੇ ਹਥਿਆਰ ਨਾਲ ਕਤਲ ਕੀਤੇ ਹੋਏ ਲੋਕਾਂ ਦੀ ਵਿਥਿਆ ਨੂੰ ਕਹਾਣੀ ਦੇ ذریعے ਰੂਪਮਾਨ ਕੀਤਾ ਗਿਆ ਹੈ ਕਿਵੇਂ ਸਰਕਾਰ ਨੇ ਲੋਕਾਂ ਤੇ ਜਿਹੜੇ ਹੈਗੇ ਸੀਗੇ ਜੁਰਮ ਕੀਤੇ ਉਸ ਦੀ ਇਹ ਕਹਾਣੀ ਵਿਥਿਆ ਪਾਪ ਕਹਾਣੀ ਦਸਦੀ ਹੈ ਆਪਾਂ ਗੱਲ ਕਰਦੇ ਹਾਂ ਜੀ ਗੋਰਾਵਾਸਾ ਕਹਾਣੀ ਸੰਗ੍ਰਹਿ ਇਹ 2004 ਦੇ ਸ਼ਬਦਾ ਸੱਤ ਕਹਾਣੀਆਂ ਨੇ ਜੀ ਸੇਵਾ ਤਰਨ ਤਾਰਨ ਗੁਰਾਵਾਸਾ ਤਨਾਓ ਅੰਸ਼ ਹਿੰਦੁਸਤਾਨ ਨਥ ਇਹ ਕਹਾਣੀਆਂ ਨੇ ਦੇ ਸਾਤੇ ਇਹਦੇ ਵਿੱਚ ਸ਼ਾਮਲ ਜੀ ਕਹਾਣੀ ਸੰਗ੍ਰਹਿ ਦੇ ਵਿੱਚ ਇਹਦੇ ਵਿੱਚ ਕੈਲਗੇ ਜੀ ਕਹਾਣੀ ਸੰਗ੍ਰਹਿ ਦੀ ਆਪਾਂ ਗੱਲ ਕਰਦੇ ਹਾਂ ਇਸ ਵਿੱਚ ਲੀਆਂ ਕੈਲੋ ਜੀ ਕਹਾਣੀਆਂ ਵਿੱਚ ਇਕੱਲੇ ਮਨੁੱਖ ਦੀ ਤੁਰ ਅੰਦਰਲੀ ਦੁਚਿੱਤੀ ਤੋਂ ਲੈ ਕੇ ਜੀ ਸਮੁੱਚੇ ਨਿਜ਼ਾਮ ਦੇ ਖਾਨ ਦੇ ਤੇਦਖਾਨ ਦੇ ਦੰਦਾਂ ਨੂੰ ਜੋ ਤਸਵੀਰ ਹੈ ਉਹਨਾਂ ਨੂੰ ਪੇਸ਼ ਕਰਦੀਆਂ ਨੇ ਜੀ ਇਹ ਕਹਾਣੀਆਂ ਪਾਵਨ ਯਾਮ ਦੇ ਖਾਨ ਦੇ ਦੰਦ ਕਿਸ ਤਰ੍ਹਾਂ ਨੇ ਦਿਖਾਉਣ ਦੇ ਦੰਦ ਨੇ ਕਿਸ ਤਰ੍ਹਾਂ ਦੇ ਉਸ ਦੀ ਮੂੰਹ ਬੋਲਦੀ ਤਸਵੀਰ ਭਾਵ ਸੱਚ ਨੂੰ ਪੇਸ਼ਕਾਰੀ ਕਰਦੀਆਂ ਨੇ ਉਹਨਾਂ ਦੀ ਤੇ ਇਹਦੇ ਵਿੱਚੋਂ ਆਪਾਂ ਗੱਲ ਕਰਦੇ ਹਾਂ ਜੀ ਸੇਵਾ ਇਹ ਮਨੁੱਖੀ ਕਹੋ ਜੀ ਅਸਥਿਰਤਾ ਦੇ ਵਿਖਾਂਤ ਨੂੰ ਬਿਆਨ ਕਰਦੀ ਕਹਾਣੀਆਂ ਜੀ ਤਰਨ ਤਾਰਨ ਦੇ ਵਿੱਚ ਮਨ ਦੀ ਦੁਬਦਾ ਗ੍ਰਸਤ ਜੋ ਸਥਿਤੀ ਆ ਉਸ ਨੂੰ ਵਿਖਾਂਤ ਨੂੰ ਪੇਸ਼ ਕੀਤਾ ਗਿਆਗਾ ਗੁਰਾਵਾਸਾ ਜੋ ਕਹਾਣੀਆਂ ਜੀ ਉਸ ਦੇ ਵਿੱਚ ਜੀ ਅਜੇਹੇ ਕਹੋ ਜੀ ਗੁਰਾਵਾਸਾ ਇੱਕ ਅਜੇਹੇ ਵਿਅਕਤੀ ਦੀ ਹੈ ਜੀ ਜਿਸ ਦਾ ਪਸ਼ੋਕੜ ਲੋਜੀ ਵਾਜੀਕਰ ਬਰਾਦਰੀ ਦੇ ਨਾਲ ਸੰਬੰਧਿਤ ਹੈ ਜੀ ਜੋ ਦੋ ਵਕਤ ਦੀ ਰੋਜੀ ਰੋਟੀ ਦੀ ਖਾਤਰ ਵਾਜੀਗਰਾਂ ਦੀ ਜੋ ਕਲਾ ਹੁੰਦੀ ਹੈ ਜੀ ਉਹਨੂੰ ਛੱਡਣਾ ਪੈਂਦਾ ਸੀ ਇਸ ਕਹਾਣੀ ਦੇ ਵਿੱਚ ਦੱਸਿਆ ਜਾਂਦਾ ਜੀ ਦਰਸਾਇਆ ਗਿਆਗਾ ਕਿਸ ਤਰ੍ਹਾਂ ਜੀ ਇਨਸਾਨ ਆਪਣੇ ਜੱਦੀ ਪੁਸਤੀ ਕਿਤੇ ਤੋਂ ਜਦ ਦੀ ਪੁਸਤੀ ਕੀਤਾ ਸੀ ਗਾਈ ਜਿਹੜਾ ਉਸ ਤੋਂ ਟੁੱਟ ਕੇ ਟੁੱਟ ਜਾਂਦਾਗਾ ਤੇ ਆਪਣੇ ਇਕਲਾਤਮਕ ਪੱਖ ਨੂੰ ਉਜਾਈ ਨਸ਼ਟ ਕਰ ਰਿਹਾਗਾ ਤੇ ਕਹਾਣੀ ਦੇ ਵਿੱਚ ਜੀ ਪੰਜਾਬੀ ਸੱਭਿਆਚਾਰ ਅੰਦਰ ਉਪਜੇ ਪ੍ਰਵਾਨ ਚੜਦੇ ਹੋਏ ਤੇ ਨਸਫਲ ਹੁੰਦੇ ਨੇ ਜੀ ਇਸ ਤਰ੍ਹਾਂ ਇਸਤਰੀ ਪੁਰਸ਼ ਦੇ ਸੰਬੰਧਾਂ ਨੂੰ ਵੀ ਕਿਸੇ ਹੱਦ ਤੱਕ ਕਹਾਣੀ ਦੇ ਵਿੱਚ ਰੂਪਮਾਨ ਕੀਤਾ ਗਿਆਗਾ ਆਪਾਂ ਗੱਲ ਕਰਦੇ ਹਾਂ ਜੀ ਗੋਰਾਵਾਸਾ ਦੇ ਕਹਾਣੀ ਦੇ ਵਿੱਚ ਜੀ ਇਸ کردار ਦੀ ਤਾਂ ਐ ਸਮਝ ਲਓ ਜੀ ਪੁਰਾਣੇ ਸਮੇਂ ਵਿੱਚ ਜੋ ਬਾਜ਼ੀਆਂ ਪਾਉਂਦੇ ਸੀ ਬਾਜ਼ੀਗਰ ਹੁੰਦੇ ਸੀ ਉਸ ਦੀ ਕਹਾਣੀ ਨੂੰ ਪੇਸ਼ ਕੀਤਾ ਕਿ ਉਹ ਪੈਸਾ ਕਮਾਉਣ ਦੇ ਲਈ ਭਾਵ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਉਹ ਕਿਤਾਬ ਨੂੰ ਛੜਨਾ ਪੈਂਦਾ ਤਾਂ ਉਹ ਪੇਸ਼ ਕੀਤਾਗਾ ਕਿਵੇਂ ਆਪਦੀ ਉਹ ਕਲਾ ਨੂੰ ਨਸ਼ਟ ਕਰ ਰਹੇ ਨੇ ਭਾਵ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਕਲਾਵਾਂ ਖਤਮ ਹੋ ਜਾਣਗੀਆਂ ਤਾਂ ਇਸ ਲਈ ਉਹ ਉਹਨਾਂ ਸਾਰੀਆਂ ਕਲਾਵਾਂ ਤੋਂ ਟੁੱਟ ਰਹੇ ਨੇ ਲੋਕ ਤਾਂ ਉਹ ਕਹ ਲਓ ਜੀ ਇੱਕ ਨਸ਼ਟ ਕਰ ਰਹੇ ਨੇ ਉਸ ਤਰ੍ਹਾਂ ਦੀ ਕਹ ਲਓ ਜੀ ਸਭਿਆਚਾਰ ਨੂੰ ਬੇਸ ਕਰਦੀ ਹੋਈ ਕਹਾਣੀ ਹੈ ਕਿ ਜੋ ਪੁਰਾਣੇ ਸਮੇਂ ਦੇ ਸਭਿਆਚਾਰ ਸੀ ਉਹਨਾਂ ਤੋਂ ਟੁੱਟ ਰਹੇ ਲੋਕਾਂ ਨੂੰ ਇਹ ਬਿਆਨ ਕਰਦੀ ਹੈ ਭਾਵ ਉਹ ਅਲੱਗ ਹੋ ਰਹੇ ਨੇ ਜੀ ਉਹਨਾਂ ਚੀਜ਼ਾਂ ਤੋਂ ਤੇ ਸਿਰਫ ਪੈਸੇ ਦੀ ਦੌੜ ਵਿੱਚ ਸ਼ਾਮਲ ਹੋ ਰਹੇ ਨੇ। ਥਾਨ ਜੋ ਕਹਾਣੀਆਂ ਜੀ ਉਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵਾਪਰੇ ਜੀ ਪੰਜਾਬ ਸੰਕਟ ਦੇ ਸਮੇਂ ਜੀ ਜੋ ਦੁੱਖਾਂ ਦੇ ਸੰਕਟ ਦੇ ਸਮੇਂ ਕਹਿ ਲਓ ਜੀ ਅਤਵਾਦ ਦੇ ਦੌਰ ਦੇ ਵਿੱਚ ਜੋ ਜੀ ਕਹਿ ਲਓ ਜੀ ਕਾਰਨ ਨਹੀਂ ਅਤਵਾਦ ਦੇ ਠੀਕ ਹੈ ਜੀ ਉਹਨਾਂ ਦੀ ਗੱਲ ਕੀਤੀ ਹੋਈ ਆ ਤੇ ਅਤਵਾਦ ਤੋਂ ਬਾਅਦ ਜੋ ਉਹਨਾਂ ਦੇ ਪ੍ਰਭਾਵ ਪਏ ਨੇ ਜੀ ਉਹਨਾਂ ਦੀ ਬੜੀ ਹੀ ਵੇ ਬਾਕੀ ਦੇ ਨਾਲ ਬੜੀ ਬਰੀਕੀ ਨਾਲ ਪੇਸ਼ਕਾਰੀ ਕੀਤੀ ਹੋਈ ਹੈ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਪਛਾਣ ਦੇ ਵਿੱਚ ਜੀ ਪਛਾਣ ਜੋ ਕਹਾਣੀ ਸੰਗ੍ਰਹਿ ਹੈ ਉਸ ਦੇ ਵਿੱਚ ਅਤਵਾਦ ਦੇ ਦੌਰ ਦੀ ਗੱਲਬਾਤ ਕੀਤੀ ਹੈ ਤੇ ਉਸ ਦੇ ਪਿੱਛੇ ਕਾਰਨਾਂ ਦੀ ਵੀ ਗੱਲ ਕੀਤੀ ਹੋਈ ਹੈ ਤੇ ਉਹਦੇ ਅੱਗੇ ਜਾ ਕੇ ਕੀ ਪ੍ਰਭਾਵ ਲੋਕਾਂ ਤੇ ਪੈਂਦੇ ਨੇ ਉਸ ਦੀ ਵੀ ਚਰਚਾ ਇੱਕ ਕਹਾਣੀ ਸੰਗ੍ਰਹਿ ਕਰਦਾਗਾ ਮੋਨ ਸਿੰਘ ਨੇ ਜੀ ਆਪਣੀਆਂ ਕਹਾਣੀਆਂ ਦੇ ਵਿੱਚ ਕਹ ਲੋ ਜੀ ਆਰਥਿਕਤਾ ਦੇ ਅਤੇ ਕਹ ਲੋ ਜੀ ਆਰਥਿਕਤਾ ਦੀ ਗੱਲ ਕੀਤੀ ਹੈ। ਪਸ਼ਾਨ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਪੇਸ਼ ਕੀਤਾਗਾ। ਉੱਥੇ ਹੀ ਪੰਜਾਬ ਸੰਕਟ ਦੀ ਕਹ ਲੋ ਜੀ ਬ੍ਰੀਕੀ ਨਾਲ ਪੇਸ਼ ਕੀਤਾ ਜੀ। ਮੂਨ ਦੀ ਅੱਖ ਵਿੱਚ ਜੀ 1947 ਤੋਂ ਆਪਾਂ ਗੱਲ ਹੀ ਕਰ ਚੁੱਕੇ ਐ 84 ਤੱਕ ਦੇ ਦੰਗਿਆਂ ਦੀ ਪੇਸ਼ਕਾਰੀ ਕੀਤੀ ਹੈ। ਤੇ ਇਸ ਦੇ ਵਿੱਚ ਕਹ ਲੋ ਜੀ ਹਾਕਮ ਸਿਆਸਤ ਦੇ ਹਥਿਆਰ ਦੁਆਰਾ ਕਤਲ ਕੀਤੇ ਗਏ ਲੋਕਾਂ ਦੀ ਵਿਥਿਆ ਨੂੰ ਬਿਆਨ ਕੀਤਾ ਗਿਆ ਹਿੰਦੂ ਵੀ ਵਡੇ ਗਏ ਸਿੱਖ ਵੀ ਖਾੜਕੂ ਵੀ ਤੇ ਪੁਲਿਸ ਤੇ ਫੌਜ ਦੇ ਸਿਪਾਹੀ ਵੀ ਵਡੇ ਗਏ ਤਾਂ ਜਿਉਂਦਾ ਰਿਹਾ ਤਾਂ ਜੀ ਸ਼੍ਰੇਣੀ ਸਮਾਜ ਜੋ ਆਪਣੇ ਆਪ ਨੂੰ ਜੀ ਸਾਫਤ ਰੱਖਣ ਲਈ ਕਹਿ ਲਓ ਜੀ ਇਸ ਤਰ੍ਹਾਂ ਦੇ ਕੋਜੇ ਕਹਿ ਲਓ ਜੀ ਹਤਖੰਡੇ ਵਰਤਦਾ ਰਿਹਾਗਾ ਇਸ ਦੌਰ ਦੇ ਵਿੱਚ ਕਹਾਣੀਆਂ ਵਿੱਚ ਜੀ ਮੋਹਨ ਸਿੰਘ ਪੜਹਾਰੀ ਦੀ ਕਥਾ ਚੇਤਨਾ ਦੇ ਵਿੱਚ ਸਿਰਫ ਉਦੋਂ ਹੀ ਸੰਕਟ ਹੀ ਨਹੀਂ ਸਕੋਂ ਇਸ ਸੰਕਟ ਦੇ ਪਿੱਛੋਂ ਜੋ ਰਾਜਨੀਤਿਕ ਚੇਤਨਾ ਭਰਪੂਰ ਵਿਸ਼ੇਸ਼ਣ ਵੀ ਕੀਤਾ ਗਿਆਗਾ ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਜੀ ਐਣੀ ਇਹ ਕਲਮ ਭਨਾਰੀ ਨੇ ਜ਼ਿਕਰਲਾ ਸਿਰਫ ਉਹਨਾਂ ਦੇ ਸੰਕਟ ਨੂੰ ਪੇਸ਼ ਕੀਤਾ ਉਹਦੇ ਪਿੱਛੇ ਕਾਰਨ ਕੀ ਸੀਗੇ ਜੀ ਫਿਰ ਅੱਗੇ ਕੀ ਪ੍ਰਭਾਵ ਪਏ ਨੇ ਜੀ ਉਹ ਆਪਦੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤੇ ਨੇ ਇਸ ਤੋਂ ਇਲਾਵਾ ਜਿਸ ਦੌਰ ਦੀਆਂ ਕਹਾਣੀਆਂ ਵਿੱਚ ਮੋਹਨ ਭੰਡਾਰੀ ਨੇ ਕਥਾ ਚੇਤਨਾ ਦੀ ਆਪਾਂ ਗੱਲ ਕਰ ਚੁੱਕੇ ਹਾਂ ਜੀ ਉਹਦੇ ਵਿੱਚ ਉਦੋਂ ਕਿਸ ਤਰ੍ਹਾਂ ਦਾ ਸੰਕਟ ਸੀਗਾ ਜੀ ਉਹਨੂੰ ਰਾਜਨੀਤਿਕ ਚੇਤਨਾ ਦੇ ਨਾਲ ਕਹੋ ਜੀ ਭਰਪੂਰ ਵਿਸ਼ਲੇਸ਼ਣ ਕੀਤਾਗਾ ਜਿਸ ਕਰਕੇ ਜੀ ਉਸ ਦੀਆਂ ਕਹਾਣੀਆਂ ਵਿੱਚ ਵਕਤ ਦੇ ਤੌਰ ਤੇ ਵਕਤੀ ਸੰਕਟ ਹੈ ਜੀ ਪ੍ਰਤੀ ਹਮਦਰਦੀ ਅਤੇ ਵਿਰੋਧੀ ਦੇ ਭਾਵ ਨੂੰ ਉਭਜ ਕੇ ਚੁੱਪ ਨਹੀਂ ਕਰਦਾ ਸਗੋਂ ਕੀ ਕਰ ਸਮਾਜਿਕ ਬੋਧ ਦਾ ਚਿੰਤਨਮਈ ਵਰਤਾਰਾ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾਗਾ ਜਿਵੇਂ ਕਹਾਣੀਆਂ ਜੀ ਪਾੜ ਕਬੂਤਰ ਮੂਨ ਦੀ ਅੱਖ ਕਹਾਣੀਆਂ ਵਿੱਚ ਪੇਸ਼ ਕੀਤੇ ਹੋਏ ਵਿਅੰਗ ਨੂੰ ਬੜੇ ਹੀ ਕੈਲੋਜੀ ਡੂੰਘੇ ਤੇ ਬੜੇ ਹੀ ਸਚਜੇ ਢੰਗ ਦੇ ਨਾਲ ਪੇਸ਼ ਕੀਤਾਗਾ ਆਪਾਂ ਜਾਂ ਗੱਲ ਕਰੀਏ ਜੀ ਕਹਾਣੀਆਂ ਵਿਚਲੇ ਪਾਤਰ ਜੀ ਇਹਨਾਂ ਦੇ ਪਾਤਰ ਨੇ ਜੀ ਜੋ ਕਹਾਣੀਆਂ ਵਿਚਲੇ ਹੈ ਜੀ ਉਹ ਯਥਾਰਤਕ ਪਰਸਥਿਤੀਆਂ ਦੇ ਅਨੁਸਾਰ ਜ਼ਿੰਦਗੀ ਦੀ ਨੂੰ ਬਦਲਦੇ ਹੈ ਜੀ ਪਰ ਜ਼ਿੰਦਗੀ ਦੇ ਵਿੱਚ ਇੱਕ ਦ੍ਰਿੜ ਸੰਕਲਪ ਇੱਕ ਟੀਚਾ ਜ਼ਰੂਰ ਹੁੰਦਾ ਜੋ ਉਹਨਾਂ ਨੂੰ ਹੋਣੀ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਦੀ ਰਫ਼ਤਾਰ ਨੂੰ ਥੋੜਾ ਤੇਜ਼ ਕਰਨ ਵਿੱਚ ਸਹਾਇਕ ਕਰਦਾ ਇਹ ਟੀਚਾ ਪ੍ਰੇਰਨਾ ਸਰੋਤ ਹੁੰਦਾ ਜੋ ਉਹਨਾਂ ਨੂੰ ਦੁਖਦਾਇਕ ਵਾਤਾਵਰਣ ਵਿੱਚ ਨਿਰਾਸ਼ ਹੋਣ ਨਹੀਂ ਦਿੰਦਾ ਐਗਜ਼ਾਮਪਲ ਦੇ ਤੌਰ ਤੇ ਜੀ ਮਨੁੱਖ ਦੀ ਪੈੜ ਮੈਨੂੰ ਟਗੋਰ ਬਣਾ ਦੇਵਾ ਪਛਾਨ ਕਹਾਣੀਆਂ ਦੇ ਵਿੱਚ ਵੇਖਿਆ ਜਾ ਸਕਦਾਗਾ ਇਹਨਾਂ ਦਾ ਟੀਚਾ ਕਹ ਲੋ ਜੀ ਦੁਖਾਂਤਕ ਨੂੰ ਸੁਖਾਂਤਕ ਨਾਲ ਜੋੜਦਾਗਾ ਜੀ ਜੋ ਕਹਾਣੀਆਂ ਦੇ ਵਿੱਚ ਉਹ ਕਹਿ ਸਕਦੇ ਆਪਾਂ ਜੀ ਪਹਿਲਾਂ ਦੁੱਖ ਸੀ ਤਾਂ ਦੁੱਖਾਂ ਨੂੰ ਮਿਹਨਤ ਕਰਕੇ ਜੀ ਉਹਨਾਂ ਨੇ ਸੁੱਖਾਂ ਦੇ ਵਿੱਚ ਬਦਲਦੇ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਉਹਨਾਂ ਦੀ ਪੇਸ਼ਕਾਰੀ ਕਰਦੀਆਂ ਨੇ ਮੋਹਨ ਪੰਡਾਰੀ ਦੀਆਂ ਜੀ ਕਹਾਣੀਆਂ ਦੇ ਵਿੱਚ ਮਨੁੱਖ ਅਤੇ ਮਨੁੱਖੀ ਸਤਤਵ ਦੇ ਨਾਲ ਜੁੜੇ ਹੋਏ ਮਸਲੇ ਨੂੰ ਕੇਂਦਰੀ ਨੁਕਤਾ ਬਣਾ ਕੇ ਉੱਭਰਦੇ ਆ ਜੀ ਉਸਦੇ ਪਾਤਰ ਪ੍ਰਧਾਨ ਕਹਾਣੀਆਂ ਨੇ ਜੀ ਇਹ ਨੁਕਤੇ ਨੂੰ ਪੂਰੇ ਜ਼ਲੌ ਦੇ ਨਾਲ ਉੱਭਰਦਾਗਾ ਸਾਰੀਆਂ ਕਹਾਣੀਆਂ ਦੇ ਪਾਤਰ ਦੁਖਦਾਇਕ ਕਹਿ ਲਈ ਦੁਖਾਂਤਕ ਸਰੋਕਾਰਾਂ ਤੇ ਆਰਥਿਕ ਮਜਬੂਰੀਆਂ ਦੇ ਭੰਨੇ ਹੋਏ ਨੇ ਜੀ ਪਰ ਅੰਦਰ ਉਹਨਾਂ ਦੇ ਅੰਦਰ ਕੀ ਹੈ ਜੀ ਮਨੁੱਖ ਦੀ ਹੋਣ ਦੀ ਸੰਕਲਪ ਹੈ ਸਭ ਤੋਂ ਵੱਡਾ ਅਹਿਸਾਸ ਮੌਜੂਦ ਹੁੰਦਾ ਜੀ ਉਸ ਤੋਂ ਇਲਾਵਾ ਜੀ ਉਹ ਕੀ ਕਰਦੇ ਆ ਇਹ ਮਨੁੱਖੀ ਭਾਰਤੀ ਸਮਾਜ ਦਾ ਜੀ ਉਹ ਮਨੁੱਖ ਹੈ ਜੋ ਕੀ ਕਰਦਾ ਜੀ ਜਮਾਤ ਸਮਾਜ ਵਿੱਚ ਆਪਣੀ ਪਛਾਣ ਅਤੇ ਹੋਣ ਦੇ ਸੰਕਟ ਵਿੱਚ ਆ ਜਾਂਦੀ ਹੈ ਜਦੋਂ ਜੀ ਉਹਦੀ ਤਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਹੁੰਦੇ ਸੰਕਟ ਨੂੰ ਕਿਹੜੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਜੀ ਕਲਯੁਗ ਦੂਜੀ ਮੌਤ ਤੇ ਮਿੱਟੀ ਦੀ ਔਰਤ ਦੇ ਵਿੱਚ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਸੀ ਮੋਹਨ ਭੰਡਾਰੀ ਦੀਆਂ ਕਹਾਣੀਆਂ ਵਿੱਚ ਪਿੰਡੂ ਸਭਿਆਚਾਰ ਦੇ ਨਾਲ ਨਾਲ ਜੀ ਸ਼ਹਿਰੀ ਸਭਿਆਚਾਰ ਦੀ ਵੀ ਗੱਲ ਕੀਤੀ ਗਈ ਹੈ ਉਹਨਾਂ ਵਿੱਚ ਸੁਧਾਰਨ ਕਹੋ ਜੀ ਦੋਨੇ ਵਰਗਾਂ ਦੀ ਗੱਲ ਕੀਤੀ ਹੋਈ ਹੈ ਨੌਕਰੀ ਪੇਸਾ ਮੱਧ ਵਰਗੀ ਸ਼੍ਰੇਣੀ ਦੀਆਂ ਅਸਧਾਰਨ ਤੇ ਮਨੋਵਿਗਿਆਨਕ ਜੋ ਉਲਝਣਾਂ ਨਹੀਂ ਸੀ ਕੈਲੋਜੀ ਉਹਨਾਂ ਦੀ ਤਰਜ਼ਮਾਨੀ ਕਰਦੀਆਂ ਕਹਾਣੀਆਂ ਨੇ ਇਹਨਾਂ ਦੀ ਮੋਹਨ ਪੜਹਾਰੀ ਨੇ ਖੁਦ ਜੀ ਉਮਰ ਪਰ ਕੈਲੋਜੀ ਇਹਨਾਂ ਅਨੁਭਵ ਨੂੰ ਹੰਡਾਇਆ ਹੈਗਾ ਇਸੇ ਲਈ ਇਸ ਵਰਗ ਦੇੰਦੇ ਨਾਲ ਜੁੜੀਆਂ ਹੋਈਆਂ ਕੈਲੋਜੀ ਨੇੜੋਂ ਦੇਖਿਆ ਇਸ ਵਰਗ ਨੂੰ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਬੜੀ ਬਰੀਕੀ ਦੇ ਨਾਲ ਆਪਦੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਵਿਕਸਤ ਸਹਿਰੀ ਵਾਤਾਵਰਨ ਨੂੰ ਕਹਾਣੀਆਂ ਵਿੱਚ ਪੜ ਕੇ ਪੜੇ ਲਿਖੇ ਜਾਂ ਅਜਿਹੇ ਲੋਕ ਕਾਰਸ਼ੀਲ ਹੁੰਦੇ ਹਨ ਜੀ ਜੋ ਇਸ ਸਿਸਟਮ ਦਾ ਚੌਥਾ ਦਰਜਾ ਦਿੱਤਾ ਗਿਆ ਉਹਨਾਂ ਨੂੰ ਇਸ ਦਰਜੇ ਦੇ ਵਿੱਚ ਮਨੁੱਖ ਦੀਆਂ ਤੰਗੀਆਂ ਤ੍ਰਿਸ਼ੀਆਂ ਦੁੱਖਾਂ ਸੁੱਖਾਂ ਜੋ ਉਹਨਾਂ ਦੀਆਂ ਕਹੋ ਜੀ ਲੋੜਾਂ ਨਹੀਂ ਉਹਨਾਂ ਦੀ ਗੱਲ ਕੀਤੀ ਹੋਈ ਹੈ ਜਿਵੇਂ ਕੁੱਕੜ ਦਾ ਫੰਗ ਵਰਫ ਲਤਾੜੇ ਰੁਖ ਤੇੜਕਿਆ ਹੋਇਆ ਸ਼ੀਸ਼ਾ ਬਾਬੂ ਮਾਇਆ ਦਾਸ ਕਹਾਣੀਆਂ ਪੇਸ਼ ਕਰਦੀਆਂ ਨੇ ਉਸ ਤੋਂ ਇਲਾਵਾ ਜੀ ਮੋਹਨ ਭੰਡਾਰੀ ਦੀਆਂ ਜੋ ਪਿੰਡੂ ਅਤੇ ਸਹਿਰੀ ਦੋਵੇਂ ਤਰ੍ਹਾਂ ਦੀਆਂ ਕਹਾਣੀਆਂ ਵਿੱਚ ਜੋਕ ਕੇ ਸੰਕਟ ਹੈ ਜੀ ਮਨੁੱਖ ਦੀਆਂ ਜੋ ਕੈਲੋਜੀ ਸ਼ਾਮਾ ਨਹੀਂ ਉਹਨਾਂ ਦੀ ਪੂਰਤੀ ਲਈ ਸਵੈ ਹੋਣ ਦੇ ਲਈ ਜੋ ਜਤਨਸ਼ੀਲ ਹੈ ਮਨੁੱਖਾਂ ਦੀ ਮਾਨਸਿਕਤਾ ਵਿੱਚ ਪੈਦਾ ਹੋ ਰਹੇ ਵਿਗਾੜ ਨੂੰ ਪੇਸ਼ ਕੀਤਾ ਗਿਆ ਹੈ ਪਗਲ ਕਰ ਰਹੇ ਹਾਂ ਜੀ ਮੂਨ ਭੰਡਾਰੀ ਦੇ ਬਾਰੇ ਉਹਨਾਂ ਦੇ ਬਾਰੇ ਕੁਝ ਹੋਰ ਗੱਲਾਂ ਜੋ ਮਾਤਾਪੁਰ ਨੇ ਨਵੇਂ ਉਹਨਾਂ ਦੀ ਪਹਿਲੀ ਕਹਾਣੀ ਸੀ ਕਿਹੜੀ ਸੀ ਅਦਵਾਟੇ ਸਾਲ 1953 ਦੇ ਵਿੱਚ ਛਪੀ ਸੀ ਜਦੋਂ ਉਹ ਨੌਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਦੀ ਵੱਖਰੀ ਪਛਾਣ ਪਹਿਲੇ ਕਹਾਣੀ ਸੰਗ੍ਰਹਿ ਦਿਲਚੌਲੀ ਦੇ ਕਰਕੇ ਬਣਦੀ ਹੈ ਜੋ 1960 ਦੇ ਵਿੱਚ ਛਪਦਾ ਕਿਉਂਕਿ ਉਹ ਇੱਕ ਕਹਾਣੀ ਸੀ ਇਹ ਕਹਾਣੀ ਸੰਗ੍ਰਹਿ ਉਹਨਾਂ ਨੂੰ ਇੱਕ ਸਥਾਪਿਤ ਕਰਦਾ ਇੱਕ ਕਹਾਣੀਕਾਰ ਦੇ ਤੌਰ ਤੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਰਹਿੰਦੇ ਆ ਜੀ ਬਨਾਦੀ ਤੌਰ ਤੇ ਉਹਨਾਂ ਨੇ ਹੀ ਮਾਲਵੇ ਦੇ ਕੈਲੋਜੀ ਪਿੰਡੂ ਸੱਭਿਆਚਾਰ ਦੇ ਨਾਲ ਜੁੜੇ ਰਹੇ ਆ ਉੱਥੋਂ ਦੇ ਜੰਪਾਲ ਸੀਗੇ ਜੀ ਉਹਨਾਂ ਦੇ ਪਾਤਰ ਮਾਲਵੇ ਦੇ ਜਿਹੜੇ ਨੇ ਬੇਜ਼ਮੀਨੇ ਖੇਤ ਮਜ਼ਦੂਰ ਨੇ ਜੀ ਕੰਮੀ ਨੇ ਗਰੀਬ ਕਿਸਾਨ ਨੇ ਉਹੀ ਇਹਨਾਂ ਦਾ ਵਿਸ਼ਾ ਬੰਦੇ ਨੇ ਕਹਾਣੀਆਂ ਦਾ ਉਹ ਪਿੰਡੂ ਜੀਵਨ ਵਿੱਚ ਘਰੋਗੀ ਮਸਲਿਆਂ ਰਿਸ਼ਤਿਆਂ ਦੋਸਤੀਆਂ ਦੁਸ਼ਮੀਆਂ ਦੇ باوجود ਵੀ ਇੱਕ ਸੰਤੁਲਨ ਲੱਭਦੇ ਆ ਆਵਦੀਆਂ ਕਹਾਣੀਆਂ ਦੇ ਵਿੱਚ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਵਿਸ਼ੇਸ਼ ਤੌਰ ਤੇ ਕਹਾਣੀ ਦੀ ਜੋ ਬਾਕੀ ਸਭ ਸੁਖਸਾਂਦ ਹੈ ਪੰਜਾਬ ਬੋਰਡ ਦੇ ਵਿੱਚ ਲੱਗੀ ਹੋਈ ਹੈ ਕਹਾਣੀ ਤੇ ਇਹ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਹੈ ਤੁਸੀਂ ਕਮੈਂਟ ਕਰਕੇ ਦੱਸਣਾਗਾ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਜੀ ਲੋਕਾਂ ਦਾ ਦੁੱਖ ਦਰਦ ਨੂੰ ਬਿਆਨ ਕੀਤਾਗਾ ਕਹਾਣੀ ਦਾ ਮੁੱਖ ਪਾਤਰ ਹੈ ਜੋ ਲੇਖਕ ਹੈ ਉਹਨਾਂ ਦੇ ਸਾਰੇ ਦੁੱਖਾਂ ਸੁੱਖਾਂ ਜੋ ਪਿੰਡੂ ਜੀ ਬਣਾਜੀ ਉਹਨਾਂ ਦੇ ਦੁੱਖਾਂ ਸੁੱਖਾਂ ਦਾ ਇੱਕ ਤਰ੍ਹਾਂ ਦੇ ਨਾਲ ਭਾਈਵਾਲ ਬਣ ਜਾਂਦਾ ਹੈਗਾ ਕੁੜੀਆਂ ਉਸ ਕੋਲੋਂ ਆਪਣੇ ਪਤੀਆਂ ਦੇ ਲਈ ਨੂ ਪ੍ਰੇਮ ਪ੍ਰੀਆਂ ਚਿੱਠੀਆਂ ਲਿਖਵਾਉਂਦੀਆਂ ਨੇ ਇੰਨੀਆਂ ਕੈਲੋਜੀ ਉਹ ਇੰਨੀਆਂ ਅਣਭੋਲ ਨੇ ਜੋ ਕਹਾਣੀਕਾਰ ਨੂੰ ਕਹਿੰਦਿਆ ਹੋਇਆ ਵੀ ਸਾਨੂੰ ਆਮ ਲੋਕਾਂ ਵਾਂਗ ਟੋਟ ਕੇ ਤਾਂ ਘੜਨੇ ਨਹੀਂ ਆਉਂਦੇ ਤੂੰ ਆਪ ਲਿਖ ਕੇ ਜਿਹੜੀਆਂ ਗੱਲਾਂ ਤੈਨੂੰ ਚੰਗੀਆਂ ਲੱਗਦੀਆਂ ਨੇ ਲਿਖ ਦੇ ਇਹ ਸਭ ਤੇ ਸਾਡੀ ਜਿਹੜੀ ਹੈਗੀ ਆ ਰਾਮ ਕੈਲੋਜੀ 7 ਜ਼ਰੂਰ ਲਿਖ ਦੇਵੀਂ ਸਤਿ ਸ਼੍ਰੀਕਾਲ ਕਹ ਲਈ ਆਪਾਂ ਤਾਂ ਉਹ ਜ਼ਰੂਰ ਲਿਖਣ ਦੀ ਗੱਲ ਕਰਦੇ ਨੇ ਜੀ ਉਹ ਇਸ ਤਰ੍ਹਾਂ ਦੀ ਵੀ ਕਈ ਵਾਰ ਗੱਲ ਹੁੰਦੀ ਆ ਕਿ ਆਪਦੇ ਕੋਲ ਉਹ ਗੱਲਾਂ ਲਿਖ ਦੇਵੇ ਜੋ ਉਹਨੂੰ ਠੀਕ ਲੱਗਦੀਆਂ ਨੇ ਇਸ ਤਰ੍ਹਾਂ ਦੀ ਕੈਲੋਜੀ ਨੂੰ ਪੋਲ ਜੋ ਪਾਤਰ ਨੇ ਉਹ ਵੇਖਣ ਨੂੰ ਮਿਲਦੇ ਆ ਬਜ਼ੁਰਗ ਔਰਤਾਂ ਨੇ ਉਸ ਕੋਲ ਨੂੰ ਕਹਿ ਲੋ ਜੀ ਆਪਣੇ ਹੋਣੀਆਂ ਭਾਵਰੋਂਦੀਆਂ ਹੁੰਦੀਆਂ ਨੇ ਠੀਕ ਹੈ ਜੀ ਕਵੀਲਦਾਰੀ ਦੀਆਂ ਗੱਲਾਂ ਕਰਦੀਆਂ ਨੇ ਚਿੱਠੀਆਂ ਲਿਖਵਾਉਂਦੀਆਂ ਨੇ ਅਖੀਰ ਦੇ ਵਿੱਚ ਜੀ ਹਰਕੌਰ ਜੋ ਜ਼ਾਗਰਫ ਉਹ ਜੀ ਦੀ ਮਾਂ ਹੈਗੀ ਆ ਆਪਣੇ ਪੁੱਤਰ ਦੇ ਲਈ ਚਿੱਠੀ ਲਿਖਵਾਉਂਦੀ ਆ ਜਿਸ ਵਿੱਚ ਉਹਨੂੰ ਆਸ-ਪਾਸੇ ਦੀਆਂ ਗੱਲਾਂ ਲਿਖਵਾਉਣ ਤੋਂ ਬਾਅਦ ਜੀ ਸਭ ਤੋਂ ਮਹੱਤਵਪੂਰਨ ਗੱਲ ਹੈ ਉਹ ਲਿਖਵਾਉਂਦੀ ਹੈ ਕਿ ਹੋਰ ਲਿਖ ਦੇ ਕਿ ਪੁੱਤ ਬਾਕੀ ਕਰਤਾਰ ਉਦੇਕਰ ਕਾਕਾ ਹੋਇਆ ਸੀ ਉਹ ਗੁਜ਼ਰ ਗਿਆ ਕਰਤਾਰ ਮੰਜੇ ਤੇ ਮਰਨ ਪਈ ਐ ਤੇ ਇਸ ਤਰ੍ਹਾਂ ਦੀਆਂ ਤੇ ਹੋਰ ਪੁੱਛਣ ਤੇ ਕੀ ਲਿਖਣਾ ਹੈਗਾ ਤਾਂ ਉਹ ਕਹਿੰਦੀ ਐ ਕਿ ਬਸ ਪੁੱਤ ਲਿਖ ਦੇ ਬਾਕੀ ਸਭ ਸੁਖਸਾਨ ਹੈ ਇਹ ਸੁਣ ਕੇ ਕਹਾਣੀਕਾਰ ਇੱਕ ਤਰੀਕੇ ਨਾਲ ਸੁੰਨ ਹੋ ਜਾਂਦਾ ਤੇ ਕਲਮ ਉਹਦੇ ਹੱਥੋਂ ਡਿੱਗ ਜਾਂਦੀ ਐ ਇਸ ਤਰ੍ਹਾਂ ਕਹਾਣੀ ਦਾ ਅੰਤ ਹੋ ਜਾਂਦਾ ਤੇ ਤੁਸੀਂ ਸਮਝ ਸਕਦੇ ਹੋ ਜੀ ਇਸ ਕਹਾਣੀ ਨੂੰ ਬਾਕੀ ਸਭ ਸੁਖਸਾਨ ਹੈ ਜੋ ਪੰਜਾਬ ਬੋਰਡ ਦੇ ਵਿੱਚ ਲੱਗੀ ਹੋਈ ਹੈ ਉਹਦੇ ਪਾਤਰਾਂ ਦੀ ਥੋੜੀ ਜਿਹੀ ਗੱਲ ਕੀਤੀ ਹੋਈ ਹੈ ਕਿਸ ਤਰ੍ਹਾਂ ਦੀ ਕਹਾਣੀ ਹੈ ਵਿਸ਼ਾ ਦੀ ਗੱਲ ਕੀਤੀ ਹੋਈ ਹੈ ਧੰਨਵਾਦੀ ਵੀਡੀਓ ਨੂੰ ਵੇਖਣ ਦੇ ਲਈ ਤੇ ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਆਪਣੀ ਵੈਬਸਾਈਟ talwalclass.com ਤੇ ਦੇਖ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਜੀ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦਸਦੇ ਨਾਲ ਜਦੋਂ ਵੀ ਆਪਾਂ ਕੋਈ ਵੀਡੀਓ ਬਣਨੀ ਹੈ ਤੇ ਤੁਹਾਡੇ ਤੱਕ ਡਾਇਰੈਕਟ ਪਹੁੰਚ ਸਕੇ ਇਸ ਲਈ ਸਬਸਕ੍ਰਾਈਬ ਬਟਨ ਜ਼ਰੂਰ ਧਵਾਦੇਵ ਜੀ ਜਿਸ ਦੇ ਨਾਲ ਤੁਹਾਡੇ ਤੱਕ ਜੋ ਜਦੋਂ ਵੀ ਕੋਈ ਵੀਡੀਓ ਪਾਉਂਦੀ ਹੈ ਜੋ ਅਪਡੇਟ ਕਰਦੇ ਆ ਤੇ ਤੁਹਾਡੇ ਤੱਕ ਡਾਇਰੈਕਟ ਪਹੁੰਚ ਸਕੇ ਜੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਤੱਕ ਧੰਨਵਾਦ ਜੀ